ਤੇ ਅਗਲੀ ਖਬਰ ਮੋਗਾ ਤੋਂ ਹੈ ਜਿੱਥੋਂ ਦੇ ਪਿੰਡ ਬਹੋਨਾ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਹਿੱਤ ਵਾਟਰ ਵਰਕਸ ਦਾ ਕੱਟਿਆ ਕਨੈਕਸ਼ਨ ਮੁੜ ਤੋਂ ਚਾਲੂ ਕਰਵਾਉਣ ਵਾਸਤੇ ਪਿੰਡ ਦੇ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਮੀਡੀਆ ਦੀ ਹਾਜ਼ਰੀ ਵਿੱਚ ਆਪਣੀ ਦਾੜੀ ਦੇ ਵਾਲ ਕੱਟ ਕੇ ਡਿਪਟੀ ਕਮਿਸ਼ਨਰ ਮੋਗਾ ਦੇ ਦਰਵਾਜ਼ੇ ਦੇ ਬਾਹਰ ਬੰਨ ਦਿੱਤੇ ਸਨ। ਹੁਣ ਇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਮਡੂੰਗਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਘਟਨਾ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਦੇ ਕਈ ਹੋਰ ਵੀ ਤਰੀਕੇ ਹੋ ਸਕਦੇ ਸਨ। ਉਹਨਾਂ ਕਿਹਾ ਕਿ ਸਰਪੰਚ ਨੂੰ ਸਿੱਖ ਕਦਰਾਂ ਕੀਮਤਾਂ ਦਾ ਖਿਆਲ ਰੱਖ ਕੇ ਹੀ ਕੋਈ ਕਦਮ ਚੁੱਕਣਾ ਚਾਹੀਦਾ ਸੀ। ਜਿਸ ਨੂੰ ਸਿੱਖੀ ਦੀ ਸਮਝ ਹੈ ਉਹ ਕੋਈ ਵੀ ਜਿਹੜਾ ਗੁਰਸਿੱਖ ਹੈ ਉਹ ਐਸਾ ਕਾਰਾ ਨਹੀਂ ਕਰ ਸਕਦਾ ਕਿ ਆਪਣਾ ਜੋ ਖਾੜੀ ਹੈ ਜੀ ਸਭ ਤੋਂ ਬਹੁਤ ਪਾਕ ਜਿਹਦਾ ਜੋ ਬਹੁਤ ਬੜਾ ਮਾਣ ਸਨਮਾਨ ਸਰਕਾਰ ਦੇ ਪਾਤਸ਼ਾਹ ਨੇ ਬਖਸ਼ ਕੀਤਾ ਉਹ ਉਹਨੂੰ ਨਹੀਂ ਕਰਦਾ ਹੈ। ਇਹ ਮੈਨੂੰ ਵੀ ਪਤਾ ਉਹਨੂੰ ਸਿੱਖੀ ਬਾਰੇ ਸਮਝ ਵੀ ਆਇਆ ਕਿ ਨਹੀਂ ਹੈ ਕਿ ਸਿਰਫ ਚਿਹਰਾ ਮੋਹਰੇ ਰੱਖਿਆ ਹੋਇਆ ਸੀ, ਜੇਕਰ ਇਹ ਜਿਹੜੀ ਜਿੰਨੀ ਇਹਦੀ ਲੀਡਾਂ ਕਰੀ ਉਨੀ ਥੋੜ੍ਹੀ ਹੈ। ਸਿੰਘ ਤਾਂ ਸ਼ਹੀਦ ਹੋ ਗਏ, ਮਾਨਵ ਕਟਵਾ ਲਏ, ਉਹਨਾਂ ਨੇ ਖੋਪੜੀਆਂ ਲਵਾਰੀਆਂ ਚੜ੍ਹ ਕੇ ਚੜ੍ਹ ਗਏ, ਜਿੰਨੇ ਜੀ ਪੁੱਠਾ ਵੀ ਚੁੱਕ ਗਏ, ਪਰ ਸਿੱਖਾਂ ਨੇ ਜਿਹੜੀ ਆ ਆਪਣੀ ਜਿਹੜੀ ਸਿੱਖੀ ਨੂੰ ਲਾ ਦੇ ਆਉਣ ਦਿੱਤੀ ਭਰੀ ਹੈ। ਇਹ ਬੜੀ ਨਿੰਦਣਯੋਗ ਆ, ਮਾੜੀ ਹੈ, ਐਸਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਜੇ ਉਹ ਕਈ ਸਿੱਖ ਸੀ ਤਾਂ ਉਹਨੂੰ ਨਹੀਂ ਸਿੱਖਣਾ ਚਾਹੀਦਾ, ਜੇ ਉਹ ਨਹੀਂ ਸਿੱਖਦੇ ਫਿਰ ਉਹ ਬਰੂਪੀਆਂ ਵਾਲਾ ਜਿਹੜਾ ਉਹ ਸ਼ਕਲ ਨਹੀਂ ਕਰਨਾ ਚਾਹੀਦਾ।